ਭਾਅ ਜੀ ਕੀ ਕਾਰਨ ਤੁਸੀਂ ਇੱਥੇ ਸੜਕ ਦੇ ਵੱਟੇ ਫੜ ਕੇ ਬੈਠੇ ਹੋਏ ਹੋ? ਸੜਕ ਦੇ ਹਾਲਾਤ ਬਹੁਤ ਮਾੜੇ ਆ ਜੀ। ਠੀਕ ਹੈ, ਹਾਲਾਤ ਇੰਨੇ ਮਾੜੇ ਨੇ ਕਿ ਉਹ ਆਪਣੇ ਹਾਲਾਤ ਮੰਤਰੀ ਸੁਧਾਰ ਲੈਂਦੇ ਨੇ। ਠੀਕ ਹੈ, ਇਹ ਸੜਕ ਦੇ ਹਾਲਾਤ ਨਹੀਂ ਸੁਧਾਰਦੇ। ਕਿੰਨੇ ਕੁ ਚਿਰ ਤੋਂ ਖਰਾਬ ਹੋਈ ਵੀ ਹੈ? ਪਿਛਲੇ ਕੋਈ 4.5 ਸਾਲ ਤੋਂ ਖਰਾਬ ਹੈ। ਠੀਕ, ਦਿਹਾੜੀ ਚ ਜਿਹਦੇ ਕਰਕੇ ਸਾਨੂੰ ਰੋਡ ਬੰਦ ਵੀ ਕਰਨੇ ਪੈ ਰਿਹਾ, ਨਹੀਂ ਤਾਂ ਇਹ ਸੜਕ ਪਹਿਲੇ ਚੱਲਦੀ ਹੁੰਦੀ ਸੀ। ਟੁੱਟੀ ਸੜਕ ਕਰਕੇ ਦੇਖ ਲਓ ਰੋਡ ਬੰਦ ਕਰਨਾ ਪਿਆ ਜੀ। ਔਰ ਮਾਰਕਿੰਗ ਪੂਰੀ ਕੀਤੀ ਹੋਈ ਹੈ, ਦੇਖ ਸਕਦੇ ਤੁਸੀਂ ਹਾਲਾਤ। ਔਰ ਇਸ ਤੋਂ ਬਾਅਦ ਜਦੋਂ ਬਾਰਿਸ਼ਾਂ ਦੀ ਬਹੁਤ ਬੁਰੇ ਹਾਲਾਤ ਹੋਏ ਆ, ਔਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਅੱਗੇ ਬੇਨਤੀ ਕੀਤੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਔਰ ਆਹ ਤੁਸੀਂ ਦੇਖ ਸਕਦੇ ਜੀ, ਆਹ ਦੇਖੋ ਆਹ ਸੜਕ ਦੇ ਹਾਲਾਤ ਹਨ ਜੀ। ਆਹ ਦੇਖੋ ਜੀ, ਜਿੱਦਾਂ ਮਰਜ਼ੀ ਕੱਢੀ ਗੱਲ ਹੋ ਗਈ, ਜਿੱਦਾਂ ਮਰਜ਼ੀ ਵੀਡੀਓ ਕਰਨੀ ਗੱਲ, ਨਾਲ ਹੀ ਆਪਾਂ ਸ਼ੇਅਰ ਕਰ ਦਿੰਦੀ ਤੁਹਾਡੀ ਪੋਸਟ। ਉਹ ਗੱਡੀ ਆ ਰਹੀ ਹੈ, ਸ਼ੂਟ ਕਰੀ ਮੁੜੀ ਗਏ। ਥੋੜੇ ਪਿੱਛੇ ਕਰੋ ਨਾ, ਟੋਇਆ ਫੇਰ ਹੀ ਲੱਭੇਗਾ। ਇਹਨਾਂ ਕੋਲ ਲੈ ਲਓ ਬਾਈਕ, ਥੋੜੇ ਪਿੱਛੇ ਕਰੋ ਨਾ, ਟੋਇਆ ਫੇਰ ਹੀ ਲੱਭੇਗਾ। ਹਾਂਜੀ ਭਾਜੀ, ਭਾਜੀ ਕੀ ਹੋਇਆ? ਗੌਰਮੈਂਟ ਨੇ ਬਹੁਤ ਗੰਦ ਪਾਇਆ, ਸੜਕਾਂ ਟੁੱਟੀਆਂ ਹੋਈਆਂ, ਗੌਰਮੈਂਟ ਨੂੰ ਦਿਸਦਾ ਨਹੀਂ ਹੈਗਾ, ਲਾਪਰਵਾਹੀ ਇੰਨੀ ਜ਼ਿਆਦਾ ਹੈ। ਅੱਛਾ ਜੀ, ਗੱਡੀ ਲੈ ਕੇ ਨਿਕਲਦੇ ਟ੍ਰੈਫਿਕ ਬਹੁਤ ਜਾਮ ਹੁੰਦਾ ਭਾਜੀ, ਬਹੁਤ ਦਿੱਕਤ ਹੈਗੀ। ਤੁਹਾਡੀ ਗੱਡੀ ਖਰਾਬ ਹੋਈ ਕਿ ਸੜਕ ਟੁੱਟੀ ਹੋਣੀ? ਇੱਕ ਵਾਰੀ ਨਹੀਂ, 100 ਵਾਰੀ ਤਾਂ ਖੱਡੇ 'ਚ ਡਿੱਗਦੀ ਡਿੱਗਦੀ ਬੱਚੀ ਹੈ। ਅੱਛਾ, ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਭਾਜੀ, ਗਰੀਬਾਂ ਦੀ ਦੇਖੋ, ਸੜਕ ਟੁੱਟੀਆਂ ਉਹ ਬਣਾਓ, ਗੌਰਮੈਂਟ ਇੰਨਾ ਪੈਸਾ ਲੈਂਦੀ ਹੈ, ਕਿਹੜੀ ਗੱਲ ਦਾ ਲੈਂਦੀ ਹੈ। ਠੀਕ, ਕਦੋਂ ਆਏ ਤੁਸੀਂ? ਨਹੀਂ ਆ, ਸੜਕ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਹੋਏ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਅੰਨੇ ਹੋ ਗਈ ਗੌਰਮੈਂਟ, ਗੌਰਮੈਂਟ ਨੂੰ ਦਿਖਦਾ ਕੁਛ ਨਹੀਂ ਭਾਅ ਜੀ, ਤੋਂ ਵੋਟਾਂ ਲੈਣੀਆਂ ਹੋ ਗਈਆਂ, ਇਹਨਾਂ ਨੂੰ ਸਭ ਕੁਝ ਦਿਖਦਾ, ਪਤਾ ਕੁਛ ਨਹੀਂ, ਕੋਈ ਲੋਕਾਂ ਦੇ ਵਾਸਤੇ ਨਹੀਂ ਹੈਗੇ ਭਲਾਈ ਵਾਸਤੇ। ਨਹੀਂ ਦੇਖਿਆ ਜਾਵੇ ਨਾ, ਕੋਲ ਹੋਸਪਿਟਲ ਵੀ ਹੈ, ਰਿਲਾਇੰਸ ਮਾਲ ਵੀ ਹੈ, ਕੈਂਬਰੀ ਸਕੂਲ ਵੀ, ਸਿਰਫ ਇਹਨਾਂ ਨੂੰ ਆਪਣੀ ਕੁਰਸੀ ਨਾਲ ਮਤਲਬ, ਹੋਰ ਕੋਈ ਮਤਲਬ ਨਹੀਂ ਇਹਨਾਂ ਨੂੰ, ਇਹ ਚੋਪੜੀਆਂ ਚੋਪੜੀਆਂ ਬਸ ਗੱਲਾਂ ਕਰਨ ਜੋਗੇ, ਹੋਰ ਕੁਛ ਨਹੀਂ ਕਰਨ ਜੋਗੇ। ਤੁਹਾਨੂੰ ਕੀ ਲੱਗਦਾ ਬਣਾਉਣਗੇ ਨਹੀਂ? ਨਾ ਜੀ ਨਾ, ਅੱਜ ਬਣਾ ਕੇ ਦੇਖ ਲਓ ਤੁਸੀਂ, ਇਹਨਾਂ ਨੇ ਉਦਘਾਟਨ ਕਰਕੇ ਚੱਲ ਜਾਣਾ, ਇੱਥੇ ਵੀ ਆਏ ਵੀ ਤਾਂ ਰੀਬਨ ਕੱਟਣ ਨੂੰ ਬੜੇ ਤਗੜੇ ਆ, ਹੋਰ ਕਿਸੇ ਕੰਮ ਨੂੰ। ਠੀਕ, ਆਪਣਾ ਮੇਰਾ ਨਾਮ ਇੰਦਰਜੀਤ ਭਗਤ ਹੈ ਜੀ। ਅੱਜ ਤੁਸੀਂ ਇੱਥੇ ਗੜਾ ਰੋਡ 'ਤੇ ਟੁੱਟੀ ਸੜਕ 'ਤੇ ਖੜ੍ਹੇ ਹੋ, ਕਾਰਨ ਕੀ ਹੈ? ਕਾਰਨ ਇਹ ਹੋਈ ਹੈ ਜੀ, ਸੜਕ ਦੇ ਹਾਲਾਤ ਦੇਖ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਦੇ ਹਾਂ ਜੀ। ਠੀਕ ਹੈ, ਨਹੀਂ ਕਿੰਨੇ ਕੁ ਚਿਰ ਤੋਂ ਟੁੱਟੀ ਹੋਈ ਹੈ, ਕਦੀ ਬਣੀ ਹੈ ਜਾਂ ਕੀ ਕਾਰਨ ਕੀ ਇਹਦਾ? ਇਹ 4.5 ਸਾਲ ਤੋਂ ਇਹਦੀ ਹਾਲਾਤ ਇੱਦਾਂ ਹੀ ਸੜਕ ਦੇ ਜੀ। ਠੀਕ ਹੈ, ਵਿੱਚ ਜੀ ਬਣੀ ਸੀ, ਜਿਹਦੇ ਕਰਕੇ
ਇਹ ਬਣੀ ਜਿੱਦਣ ਬਣੀ ਦੂਜੇ ਦਿਨ ਬਰਸਾਤ ਪਈ ਤੇ ਉਹ ਝਾੜੂ ਨਾਲ ਇਕੱਠੀ ਕਰਨੀ ਪਈ ਚੜ੍ਹ ਗਈ। ਇੱਦਾਂ ਦਾ ਮਟੀਰੀਅਲ ਪਾਇਆ ਗਿਆ ਸੀ? ਇੱਦਾਂ ਦਾ ਮਟੀਰੀਅਲ ਪਾਇਆ। ਕਿਹੜੀ ਸਰਕਾਰ ਕਿਹੜੀ ਸੀ ਉਦੋਂ? ਕਾਂਗਰਸ ਸਰਕਾਰ ਸੀ ਔਰ ਉਸ ਟਾਈਮ ਸੀ ਆਪਣੇ ਸਰਦਾਰ ਪ੍ਰਗਟ ਸਿੰਘ ਜੀ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਵੀ। ਉਹਨਾਂ ਨੂੰ ਤੁਸੀਂ ਮੌਕਾ ਨਹੀਂ ਦਿਖਾਇਆ ਉਸ ਟਾਈਮ? ਮਹਾਰਾਜ ਜੀ ਮੌਕਾ ਕੀ, ਲੋਕਾਂ ਨੇ ਜਨ ਸਭਾਵਾਂ ਦੇ ਵਿੱਚ ਮੂੰਹ ਤੇ ਕਿਹਾ ਜੀ ਉਹਨਾਂ ਨੇ। ਅੱਛਾ, ਬਈ ਹਾਲਾਤ ਦੇ ਸੜਕ ਦੇ ਹਾਲਾਤ ਦੇਖੋ, ਕੱਲ੍ਹ ਬਣੀ ਅਤੇ ਅੱਜ ਇਕੱਠੀ ਕਰਨੀ ਵੀ ਝਾੜੂ। ਕਦੀ ਇਹਦੇ ਐਕਸੀਡੈਂਟ ਵੀ ਹੁੰਦੇ ਆ ਵਗੈਰਾ, ਜਿਵੇਂ ਐਂਬੂਲੈਂਸ ਵੀ ਲੰਘਦੀ ਹੋਣੀ ਸਾਹਮਣੇ ਪਿੰਮਸ ਹੋਸਪਿਟਲ ਆ, ਇੱਥੋਂ ਸਭ ਕੁਛ ਲੰਘਦਾ ਜੀ। ਔਰ ਐਕਸੀਡੈਂਟ ਵੀ ਇੱਕ ਅੱਧਾ ਰੋਜ਼ ਹੁੰਦਾ, ਇੱਕ ਘੰਟੇ 'ਚ ਇੱਕ ਤਾਂ ਹੁੰਦਾ ਹੀ ਹੁੰਦਾ ਜੀ। ਤੁਸੀਂ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਜਾਂ ਮੰਤਰੀ ਸਾਹਿਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਇਹੋ ਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ, ਸਾਡੇ 'ਤੇ ਤਰਸ ਖਾਓ ਅਤੇ ਆਉਣ ਜਾਣ ਵਾਲਿਆਂ ਦੇ ਉੱਤੇ ਮਿਹਰ ਕਰੋ ਅਤੇ ਸੜਕ ਨੂੰ ਦੁਬਾਰਾ ਬਣਾਓ ਤਾਂ ਜੋ ਤੁਹਾਡਾ ਜਿਹੜਾ ਪਿਛਲਾ ਕੀਤਾ ਹੋਇਆ ਕੰਮ ਹੈ ਉਹ ਧੋਤਾ ਜਾਏ। ਠੀਕ।